ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਇਸੇ ਪੰਜਾਬੀ ਵਿਰਸਾ ਕਾਊਂਟਰ ਤੋਂ ਹੋਪਸੋ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਜਿਹੜੀ ਆਪਣੀ ਅੱਜ ਦੀ ਵੀਡੀਓ ਆ, ਅੱਜ ਵਾਲੀ ਵੀਡੀਓ ਵੀ ਬਹੁਤ ਇੰਟਰਸਟਿੰਗ ਰਹਿਣ ਵਾਲੀ ਹੈ। ਐਂਡ ਜਿੰਨੇ ਵੀ ਆਪਣੇ ਸੂਟ ਅੱਜ ਦੀ ਵੀਡੀਓ 'ਚ ਉਹ ਸਾਰੇ ਡਿਸਪੈਚ ਹੋ ਰਹੇ ਆ, ਔਰ ਇਸ 'ਚ ਮੈਂ ਅੱਜ ਵਾਲੀ ਵੀਡੀਓ 'ਚ ਦੱਸਾਂਗੀ ਕਿੱਦਾਂ ਆਪਾਂ ਜਿਹੜਾ ਆਪਾਂ ਰੈਡੀਮੇਡ ਫੈਬਰਿਕ ਵੀ ਲੈਂਦੇ ਹਾਂ ਜਾਂ ਕੋਈ ਵੀ ਆਪਣੀ ਇੰਬੋਰਡਰੀ ਕੀਤਾ ਹੋਇਆ ਫੈਬਰਿਕ ਮਿਲਦਾ, ਉਹਦੀ ਲੁੱਕ ਡਿਫਰੈਂਟ ਕਿੱਦਾਂ ਕ੍ਰੀਏਟ ਕਰ ਸਕਦੇ ਹਾਂ, ਮਤਲਬ ਉਹ ਸਟੱਫ ਯੂਜ਼ ਕਰਕੇ ਉਹਨੂੰ ਹੋਰ ਕਿੱਦਾਂ ਡਿਫਰੈਂਟ ਐਂਡ ਟੋਟਲੀ ਚੇਂਜ ਲੁੱਕ ਦੇ ਸਕਦੇ। ਜਿਵੇਂ ਦੁਪੱਟੇ ਵੀ ਹੁੰਦੇ ਆ, ਰੈਡੀਮੇਡ ਬਾਂਧਣੀ ਦੁਪੱਟੇ ਹੁੰਦੇ, ਕਾਫੀ ਦੁਪੱਟੇ ਮਿਲ ਜਾਂਦੇ ਆ, ਉਹਨਾਂ ਨੂੰ ਆਪਾਂ ਕਿੱਦਾਂ ਡਿਫਰੈਂਟ ਲੁੱਕ 'ਚ ਕ੍ਰੀਏਟ ਕਰ ਸਕਦੇ ਹਾਂ। ਚਲੋ ਫਿਰ ਸਟਾਰਟ ਕਰਦੇ ਆਪਾਂ ਆਪਣੀ ਅੱਜ ਦੀ ਵੀਡੀਓ। ਇਹ ਆਪਣਾ ਪਰਪਲ ਟੋਨ 'ਤੇ ਸੂਟ ਆ, ਇਹ ਕਸਟਮਰ ਦਾ ਕਸਟਮਾਈਜ਼ ਕੀਤਾ, ਉਹਨਾਂ ਕੋਲ ਦੁਪੱਟਾ ਸੀਗਾ, ਉਹਨਾਂ ਨੇ ਦੁਪੱਟੇ ਦੀ ਪਿਕਚਰ ਭੇਜੀ ਸੀ, ਉਹ ਤੋਂ ਸੂਟ ਬਣਾਇਆ। ਇੱਦਾਂ ਪੈਨਲ ਸਟਾਈਲ 'ਚ ਇੰਬੋਰਡਰੀ ਦਿੱਤੀ ਆ ਐਂਡ ਸਾਰੇ ਸਾਈਡ 'ਤੇ ਬੰਚਿਸ ਦਿੱਤੇ ਹੋਏ ਆ। ਇੱਦਾਂ ਵਿੱਚ ਪੋਟਲੀ ਬਟਨ ਦਿੱਤਾ ਐਂਡ ਇੱਦਾਂ ਸਲੀਵਸ ਆ ਗਈਆਂ, ਡਿਜ਼ਾਇਨਰ ਸਲੀਵਸ ਬਣਾਈਆਂ ਹੋਈਆਂ, ਇੰਬੋਰਡਰੀ ਕੀਤੀ ਹੈ ਡਿਜ਼ਾਇਨਰ। ਬੈਕ 'ਤੇ ਵੀ ਇੱਦਾਂ ਆਪਾਂ ਪੈਨਲ ਸਟਾਈਲ 'ਚ ਡਿਜ਼ਾਇਨ ਕੀਤਾ ਕਿਉਂਕਿ ਬੈਕ ਇੰਬੋਰਡਰੀਜ਼ ਦਾ ਬਹੁਤ ਟ੍ਰੈਂਡ ਆ, ਬਹੁਤ ਸੋਹਣੀਆਂ ਵੀ ਲੱਗਦੀਆਂ। ਔਰ ਇਹਦੀ ਬੋਟਮ 'ਤੇ ਸੇਮ ਆਪਾਂ ਨੇ ਸਲੀਵਸ ਨਾਲ ਦੀ ਡਿਜ਼ਾਇਨਿੰਗ ਕੀਤੀ ਆ। ਨੈਕਸਟ ਸੂਟ ਹੈਗਾ ਪਰਪਲ, ਇਹ ਹੈਂਡਵਰਕ ਹੋਇਆ ਕਰੇਪ 'ਤੇ ਹੀ ਆ, ਪੋਟਲੀ ਬਟਨ ਦਿੱਤੇ ਆ, ਇਹਦੀਆਂ ਸਲੀਵਸ ਆਉਂਦੀਆਂ, ਸਲੀਵਸ 'ਤੇ ਹੈਂਡਵਰਕ ਆ, ਵਿੱਚ ਬੁੱਟੀ ਆ ਸਾਰੀ ਸ਼ਰਟ ਦੇ, ਨੀਚੇ ਕਟਵਰਕ ਆਉਂਦਾ ਘੇਰੇ 'ਤੇ। ਸਲਵਾਰ 'ਤੇ ਵੀ ਹੈਂਡਵਰਕ ਆਉਂਦਾ ਐਂਡ ਇਹ ਦੁਪੱਟਾ, ਦੁਪੱਟੇ 'ਤੇ ਕਟਵਰਕ ਐਂਡ ਵਿੱਚ ਸਾਰੇ ਪਰਲਸ ਲੱਗੇ ਹੋਏ ਆ। ਨੈਕਸਟ ਜਿਹੜਾ ਸੂਟ ਆ ਇਹ ਸਿਲਕ ਦਾ ਦੁਪੱਟਾ, ਸੇਮ ਦੁਪੱਟੇ ਅਵੇਲੇਬਲ ਨਹੀਂ ਹੈ ਬਟ ਆਪਾਂ ਟਾਈ ਐਂਡ ਡਾਈ ਕਰ ਸਕਦੇ ਅਗਰ ਤੁਸੀਂ ਇਹ ਕੋਨਸੈਪਟ 'ਚ ਰੈਡੀ ਕਰਵਾਉਣਾ ਚਾਹੁੰਦੇ ਹੋ ਸੂਟ। ਇਹ ਸ਼ਰਟ ਆ, ਇਹ ਸ਼ਰਟ ਦਾ ਆਪਾਂ ਨੈਕ ਬਣਾਇਆ ਇੱਦਾਂ, ਨੈਕ ਆ ਐਂਡ ਕਟਵਰਕ ਆਉਂਦਾ ਸਲੀਟਸ 'ਤੇ, ਪਾਕਿਸਤਾਨੀ ਲੁੱਕ ਦਿੱਤੀ ਹੋਈ ਹੈ ਸੂਟ ਨੂੰ ਅਤੇ ਇਹਦੇ 'ਤੇ ਇਹ ਵਾਲੀ ਇੰਬੋਰਡਰੀ ਆਉਂਦੀ ਆ। ਸੇਮ ਇੰਬੋਰਡਰੀ ਹੀ ਆਪਣੀ ਸਲੀਵਸ 'ਤੇ ਆਉਂਦੀ ਆ, ਬੈਲ ਸ਼ੇਪ ਸਲੀਵਸ ਹੈ ਉਹਦੇ 'ਤੇ ਆਉਂਦੀ ਹੈ। ਅਤੇ ਇਹਦੇ ਨਾਲ ਆਪਾਂ ਅਲਾਦੀਨ ਸਲਵਾਰ ਕੀਤੀ ਆ, ਚਾਹੇ ਸਟੇਟ ਕਰਕੇ ਸਲਵਾਰ 'ਤੇ ਵੀ ਤੁਸੀਂ ਇੰਬੋਰਡਰੀ ਐਡ ਕਰਵਾ ਸਕਦੇ ਹੋ। ਇੱਦਾਂ ਦੁਪੱਟਾ ਟਾਈ ਐਂਡ ਡਾਈ ਕਰਵਾ ਸਕਦੇ ਹੋ। ਨੈਕਸਟ ਸੂਟ ਇਹ ਆਪਣੇ ਬਹੁਤ ਬਣ ਕੇ ਜਾਂਦੇ ਆ, ਤੁਸੀਂ ਦੇਖਿਓ ਹੋਣਾ ਵੀਡੀਓ 'ਚ, ਮੈਂ ਵੀ ਵੇਅਰ ਕੀਤਾ ਹੋਇਆ ਸੇਮ। ਇਹ ਸਾਈਡ 'ਤੇ ਓਰਗੇਜ਼ਾਂ ਦਾ ਬੰਚ ਦਿੱਤਾ ਹੋਇਆ, ਪੈਚ ਵਰਕ 'ਚ ਕਟਵਰਕ ਆਉਂਦਾ, ਸੈਂਟਰ 'ਚ ਆਪਾਂ ਪਰਲਸ ਦਿੱਤੇ ਹੋ, ਇੱਦਾਂ ਸਲੀਵਸ ਆ ਇਹਦੀਆਂ, ਪਲੇਨ ਸਲਵਾਰ ਆ ਅਤੇ ਦੁਪੱਟੇ 'ਤੇ ਵੀ ਸੇਮ ਇੰਬੋਰਡਰੀ ਆਉਂਦੀ ਆ, ਕਟਵਰਕ ਦੈਨ ਇਹ ਫਲਾਵਰ, ਅਰਾਊਂਡ ਆਪਣੇ 6 ਫਲਾਵਰ ਆ ਜਾਂਦੇ ਇੱਕ ਦੁਪੱਟੇ 'ਤੇ, 4 ਕੋਰਨਰਸ 'ਤੇ 2 ਸੈਂਟਰ 'ਚ। ਇਹ ਸੂਟ ਹੈਗਾ ਆਪਣਾ ਮਸਲੀਨ 'ਤੇ, ਆ ਨੈਕ 'ਤੇ ਇੰਬੋਰਡਰੀ ਆ ਇਹਦੇ ਸਾਰੇ, ਨੈਕ ਨਾਲ ਦੀ ਹੀ ਇੰਬੋਰਡਰੀ ਘੇਰੇ 'ਤੇ ਦਿੱਤੀ ਆ, ਆ ਸਲੀਵਸ 'ਤੇ ਵੀ ਇੰਬੋਰਡਰੀ ਸੇਮ ਆ ਐਂਡ ਸਲਵਾਰ 'ਤੇ ਵੀ ਆਪਾਂ ਸੇਮ ਇੰਬੋਰਡਰੀ ਦਿੱਤੀ ਆ। ਇਤਨਾ ਕੰਟਰਾਸਟ ਕੀਤਾ ਲਾਈਟ ਗ੍ਰੇ ਦੁਪੱਟਾ, ਬਹੁਤ ਸੋਹਣਾ ਕੰਟਰਾਸਟ ਹੈ ਇਹ, ਕਟਵਰਕ ਆਉਂਦਾ 4 ਸਾਈਡ ਐਂਡ ਸਾਈਡਾਂ ਦੇ ਕੋਰਨਰਸ 'ਤੇ, ਇੱਦਾਂ ਬਿਲਕੁਲ ਬ੍ਰੇਕੀ 'ਚ ਆਰੀ ਦਾ ਕੰਮ ਹੋਇਆ ਹੋਇਆ, ਆਰੀ ਵਰਕ ਹੋਇਆ ਹੋਇਆ। ਇਹ ਸੂਟ ਹੈਗਾ ਆਪਣਾ ਹੈਂਡਵਰਕ 'ਚ ਪਿਓਰ ਓਰਗੇਂਜ਼ਾ ਦੀ ਸ਼ਰਟ ਆ, ਇਹ ਸਾਰਾ ਥਰੈਡ ਵਰਕ ਹੋਇਆ ਵਿੱਚ ਸਾਰੀ ਹਾਈਲਾਈਟਿੰਗ ਹੋਈ ਹੋਈ ਆ, ਇੱਦਾਂ ਸਲੀਵਸ ਆ ਗਈਆਂ। ਇਹ ਆਪਣੇ ਕੋਲ 2 ਸ਼ੇਡ 'ਚ ਅਵੇਲੇਬਲ ਹੈ, ਇੱਕ ਇਹ ਵਾਲਾ ਸ਼ੇਡ ਆ ਪੈਰਟ ਗ੍ਰੀਨ ਸਵੀਟ 'ਚ ਪੈਰਟ ਆ ਐਂਡ ਅਦਰ ਹੈਗਾ ਸਿਲਵਰ ਗ੍ਰੇ। ਇਹ ਆਪਾਂ ਨਾਲ ਸਲਵਾਰ 'ਤੇ ਕੰਮ ਆਉਂਦਾ ਔਰ ਇਹਦੇ ਨਾਲ ਇੱਦਾਂ ਡਿਜ਼ਾਇਨਰ ਦੁਪੱਟਾ, ਓਰਗੇਂਜ਼ਾ ਦਾ ਹੀ ਦੁਪੱਟਾ, ਸਾਰੇ ਦੇ ਵਿੱਚ ਇੱਦਾਂ ਬੰਚਸ ਬਣੇ ਹੋਏ ਆ ਦੁਪੱਟੇ 'ਤੇ, 4 ਸਾਈਡ ਕਟਵਰਕ ਆਉਂਦਾ। ਨੈਕਸਟ ਆਪਣਾ ਬਨਾਰਸੀ 'ਚ ਆ, ਇਸ ਵਾਰ ਲਾਸਟ ਟਾਈਮ ਆਪਾਂ ਨੇ ਇੰਬੋਰਡਰੀ ਕੀਤੀ ਸੀ, ਇਸ ਵਾਰ ਬਨਾਰਸੀ 'ਚ ਸੈਂਟਰ ਪੈਨਲ 'ਚ ਲੇਸ ਦਿੱਤੀ ਆ, 3-3 ਪੋਟਲੀ ਬਟਨ ਦਿੱਤੇ ਆ, ਇੱਦਾਂ ਵੀ 'ਚ ਬਣਾਇਆ ਹੋਇਆ। ਇਹ ਸਲੀਵਸ ਆ ਗਈਆਂ ਨਾਲ ਪਲੇਨ ਗ੍ਰੇ ਬੋਟਮ ਹੈ ਇਹਦੇ ਨਾਲ। ਇਹ ਸੂਟ ਆ, ਇਹ ਵੀ ਬਹੁਤ ਐਲੀਗੈਂਟ ਲੁੱਕ 'ਚ ਬਣਿਆ ਹੋਇਆ, ਥੋੜ੍ਹੀ ਜਿਹੀ ਆਪਾਂ ਹੈਂਡਵਰਕ ਦੀ ਵੇਲ ਦਿੱਤੀ ਹੈ, ਜ਼ਿਆਦਾ ਬੋਲਡ ਜਿਹੀ ਵੇਲ ਨਹੀਂ ਕੀਤੀ ਐਂਡ ਸਲੀਵਸ ਇੱਦਾਂ ਹੀ ਰੱਖ ਕੇ ਬਿਨਾਂ ਕਫ ਤੋਂ ਆਪਾਂ ਨੇ
ਇੱਦਾਂ ਇਹਦੇ ਬਟਨਸ ਦਿੱਤੇ ਹੋਏ ਆ ਸਲੀਵਸ 'ਤੇ, ਇੱਦਾਂ ਲੂਪਸ ਲੱਗੀਆਂ ਹੋਈਆਂ ਬੰਦ ਹੋ ਜਾਂਦੇ ਇਹਦੇ ਨਾਲ। ਇਹ ਸ਼ਰਟ ਆ ਨਾ, ਪਰਪਲ ਕਲਰ ਦੀ ਫਿਨਿਸ਼ਿੰਗ ਹੈ। ਇਹ ਸਲਵਾਰ ਹੈ ਇਹਦੇ ਨਾਲ, ਸਲਵਾਰ 'ਤੇ ਆਪਾਂ ਇੱਦਾਂ ਬ੍ਰਿਕ ਜੀ ਇੰਬੋਰਡਰੀ ਦਿੱਤੀ ਆ। ਸ਼ਰਟ ਦੀ ਬੈਕ ਸਾਈਡ ਵੀ ਬਹੁਤ ਸੋਹਣੀ ਬਣੀ ਹੋਈ ਆ। ਸ਼ਰਟ ਦੇ ਬੈਕ ਸਾਈਡ ਆਪਾਂ ਸਾਰੇ ਜਿੱਦਾਂ ਸਲੀਵਸ 'ਤੇ ਲੂਪਸ ਵਾਲੇ ਬਟਨ ਦਿੱਤੇ ਸੀ ਨਾ, ਇੱਦਾਂ ਇੱਦਾਂ ਬਟਨਸ ਹੋਣਗੇ ਐਵੇਂ। ਜਿੱਦਾਂ ਆਪਾਂ ਬੰਦ ਕਰਾਂਗੇ ਸਾਰੀ ਇਹ ਲੁੱਕ ਆਏਗੀ। ਬੈਕ ਸਾਈਡ 'ਤੇ ਸਾਰੇ ਇੱਦਾਂ ਬਟਨਸ ਦਿੱਤੇ ਹੋਏ ਆ। ਹੋਪ ਸੋ ਤੁਹਾਨੂੰ ਅੱਜ ਵਾਲੀ ਵੀਡੀਓ, ਅੱਜ ਵਾਲੀ ਕਲੈਕਸ਼ਨ ਵਧੀਆ ਲੱਗੀ ਹੋਊਗੀ। ਕਿਸੇ ਨੂੰ ਕੋਈ ਕੁਐਸਚਨ ਜਾਂ ਡਾਊਟ ਹੁੰਦਾ, ਮੇਰਾ ਵਟਸਐਪ ਨੰਬਰ ਸਕਰੀਨ 'ਤੇ ਵੀ ਗਿਵਨ ਆ, ਤੁਸੀਂ ਕਾਲ ਜਾਂ ਮੈਸੇਜ ਕਰ ਸਕਦੇ ਹੋ ਉੱਥੇ। ਐਂਡ ਡੇਲੀ ਆਪਣੀ ਅਪਡੇਸ਼ਨਸ ਹੁੰਦੀਆਂ ਰਹਿੰਦੀਆਂ ਵੀਡੀਓਜ਼ ਦੀਆਂ, ਲੇਟੈਸਟ ਕਲੈਕਸ਼ਨ ਦੀਆਂ ਵੀ। ਲੇਟੈਸਟ ਵੀਡੀਓ ਐਂਡ ਕਲੈਕਸ਼ਨ ਦੇਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ।